ਇੱਥੇ ਜਿਉਣਾ ਦੁੱਬਰ ਕੀਤਾ, 10-10 ਪਰਚੇ ਕੀਤੇ ਨੇ ਜਵਾਕਾਂ ਤੇ ਬੱਚਿਆਂ ਤੇ, ਘਰਾਂ ਦੇ ਘਰ ਬਰਬਾਦ ਕਰਤੇ, ਨਜਾਇਜ਼ ਕਬਜ਼ੇ, ਆਹ ਨਾ ਕਰ ਉਹ ਨਾ ਕਰ, ਪੁਲਿਸ ਭੇਜਾਂਗੇ ਆਹ ਕਰਦੇ, ਹੱਦ ਹੈ। ਕੌਣ ਨੇ ਇਹ ਗੁਰਗੇ? ਇਹਨਾਂ ਦੇ ਗੁਰਗੇ ਬਣਾ ਰੱਖੇ ਨੇ ਇਹਨਾਂ ਨੇ, ਸਰਗਣੇ। ਸੋ ਵੀਰੋ, ਇਹ ਤੂੰ ਤੁਹਾਡਾ ਫੈਸਲਾ ਤੁਸੀਂ ਕਰਨਾ ਹੈ, ਜਿਸ ਆਪਣਾ ਤੀਜੇ ਨੰਬਰ ਤੇ ਬਟਨ ਹੈ। ਇਸ ਵਾਰ ਫੋਟੋ ਵੀ ਲੱਗੂਗੀ, ਉਮੀਦਵਾਰ ਦੀ ਫੋਟੋ ਵੀ ਲੱਗੂਗੀ, ਮੇਰੀ ਇਸ ਪੱਗ ਵਾਲੀ ਫੋਟੋ ਹੈ, ਰੰਗੀਨ ਲੱਗੀ ਹੋਊਗੀ, ਪਛਾਣ ਲਿਓ। ਪਹਿਲੀ ਫੋਟੋ ਤਾਂ ਨੀਲੇ ਰੰਗ ਦੀ ਹੋਊ ਸੁਖਬੀਰ ਵੱਲ ਦੀ, ਉਹਦੇ ਵੱਲ ਦੇਖਿਓ, ਮੈਨੂੰ ਚਿੱਟਾ ਮੋਤੀਆ ਹੋ ਜਾਂਦਾ ਉਹਦੇ ਨਾਲ। ਕੰਮ ਹੋਰ ਵਾਰ 'ਚ ਫੋਟੋ ਦੇਖ ਲਈਏ, ਦੋ ਦਿਨ ਰੋਟੀ ਨਹੀਂ ਸਵਾਦ ਲੱਗਦੀ। ਸੋ ਤੀਜੇ ਨੰਬਰ 'ਤੇ ਆਪਣਾ ਬਟਨ ਹੈ, ਜਦੋਂ ਬਟਨ ਦੱਬੋਗੇ ਤਾਂ ਇੱਕ ਗੱਲ ਯਾਦ ਰੱਖ ਲਿਓ ਕਿ ਤਿੰਨ ਪੈੱਨ ਨੇ ਜਿਨ੍ਹਾਂ ਨੂੰ ਤੁਹਾਡੇ ਬੱਚਿਆਂ ਦੀ ਕਿਸਮਤ ਲਿਖਣੀ ਹੈ, ਪੈੱਨ ਤੁਸੀਂ ਚੁਣਨਾ। ਤਿੰਨਾਂ ਬਾਰੇ ਦੱਸ ਦਿੰਦਾ, ਫੈਸਲਾ ਤੁਹਾਡਾ। ਇੱਕ ਪੈੱਨ ਅਕਾਲੀ ਦਲ ਦਾ, ਉਹ 'ਚ ਸਿਆਹੀ ਨਹੀਂ ਹੈਗੀ, ਉਹਦਾ ਚਿੱਟੇ ਨਾਲ ਭਰਿਆ, ਉਹਦਾ ਚਿੱਟਾ ਹੈ, ਨਸ਼ਾ ਹੈ। ਜੇ ਚਿੱਟੇ ਨਾਲ ਆਪਣੇ ਬੱਚਿਆਂ ਦੀ ਕਿਸਮਤ ਲਿਖਣੀ ਹੈ ਜਾਂ ਬੱਚਿਆਂ ਦੀ ਕਿਸਮਤ 'ਚ ਚਿੱਟਾ ਲਿਖਣਾ, ਤਾਂ ਅਕਾਲੀ ਦਲ ਨੂੰ ਵੋਟਾਂ ਪਾ ਦਿਓ। ਦੂਜਾ ਕਾਂਗਰਸ ਹੈ, ਸ਼ਾਹੀ ਉਹ 'ਚ ਵੀ ਹੈ ਨਹੀਂ, ਉਹ 'ਚ ਬੇਦੋਸ਼ਾਂ ਦਾ ਖੂਨ ਹੈ, ਘਪਲੇ ਨੇ, ਸਕੈਂਡਲ, ਬੇਈਮਾਨੀ। ਜੇ ਬੇਈਮਾਨੀ ਵਾਲੀ ਸ਼ਾਹੀ ਨਾਲ ਬੱਚਿਆਂ ਦੀ ਕਿਸਮਤ ਲਿਖਣੀ ਹੈ ਤਾਂ ਕਾਂਗਰਸ ਨੂੰ ਪਾ ਦਿਓ। ਤੀਜਾ ਪੈੱਨ ਆਮ ਆਦਮੀ ਪਾਰਟੀ ਵਾਲਾ, ਤੀਜੇ ਨੰਬਰ 'ਤੇ ਹੈ, ਨਵਾਂ ਪੈੱਨ ਚੱਲਿਆ, ਲੇਟੈਸਟ ਕੁਆਲਿਟੀ ਹੈ, ਕੇਜਰੀਵਾਲ ਨੇ ਬਣਾਇਆ। ਉਹਦੇ ਵਿੱਚ ਸੱਚਾਈ ਅਤੇ ਇਮਾਨਦਾਰੀ ਦੀ ਅਤੇ ਤੁਹਾਡੀ ਤਰੱਕੀ ਦੀ ਸਿਆਹੀ ਹੈ। ਜੇ ਤਰੱਕੀ ਦੀ ਅਤੇ ਇਮਾਨਦਾਰੀ ਦੀ ਸਿਆਹੀ ਨਾਲ ਆਪਣੇ ਬੱਚਿਆਂ ਦੀ ਕਿਸਮਤ ਲਿਖਣੀ ਚਾਹੁੰਦੇ ਹੋ ਤਾਂ ਝਾੜੂ ਨੂੰ ਵੋਟਾਂ ਪਾ ਦਿਓ, ਇਹ ਫੈਸਲਾ ਤੁਸੀਂ ਕਰ। ਜਦੋਂ ਤੁਸੀਂ ਝਾੜੂ ਵਾਲਾ ਬਟਨ ਦੱਬੋਗੇ, ਇਹ ਬੰਦ ਕਰ ਲੈ, ਇਹਨਾਂ ਨੂੰ ਬੰਦ ਕਰਨੇ ਕਰ। ਜਦੋਂ ਤੁਸੀਂ ਝਾੜੂ ਵਾਲਾ ਬਟਨ ਦੱਬੋਗੇ ਤੀਜੇ ਨੰਬਰ ਵਾਲਾ, ਤਾਂ ਮਸ਼ੀਨ 'ਚੋਂ ਇੱਕ ਆਵਾਜ਼ ਆਊਗੀ ਇੱਦਾਂ ਦੀ, ਹਾਂ, ਜਦੋਂ ਬਟਨ ਦੱਬਿਆ ਇੱਦਾਂ ਦੀ ਇੱਕ ਚੀਕ ਜੀ ਆਊ। ਇਹ ਮਸ਼ੀਨ ਦੀ ਨਹੀਂ ਹੈਗੀ, ਇਹ ਸੁਖਬੀਰ ਦੀ ਚੀਕ ਹੈ। ਤੁਸੀਂ ਚੀਕਾਂ ਕਢਾਓ ਇਹਨਾਂ ਦੀਆਂ, ਅਤੇ ਆਪਣੀਆਂ ਵੀ ਤਾਂ ਕਢਾਈ ਰੱਖੀਆਂ 10 ਸਾਲ ਤੋਂ ਇਹਨਾਂ ਨੇ। ਕੀ ਕੀਤਾ, ਗਲੀਆਂ ਨਾਲੀਆਂ 'ਚ ਉਲਝਾਈ ਫਿਰਦੇ ਨੇ, ਜਿੱਥੋਂ ਦੀ ਮੈਂ ਲੰਘਦਾ ਜਿਹੜਾ ਮੇਰਾ ਰੂਟ ਹੁੰਦਾ ਉੱਥੇ ਧੱਕੇ ਨਾਲ ਝੰਡੀਆਂ ਲਾ ਜਾਂਦੇ ਨੇ, ਪੀਲੇ ਰੰਗ ਜ਼ਿਆਦਾ ਅਲੱਗ ਆ ਲੈ। ਮੈਨੂੰ ਤਾਂ ਹੁਣ ਇਹ ਪੁੱਛਣ ਦੀ ਵੀ ਲੋੜ ਨਹੀਂ, ਮੈਂ ਕਿੱਧਰ ਦੀ ਜਾਣਾ, ਝੰਡੀਆਂ ਝੰਡੀਆਂ ਤੁਰੇ ਜਾਓ ਬਸ। ਇਹਨਾਂ ਝੰਡੀਆਂ ਨਾਲ ਆਪਣੇ ਛੋਟੇ ਛੋਟੇ ਬੱਚਿਆਂ ਦੇ ਕੱਛੇ ਬਣਾਓ, ਦੋ ਝੰਡੀਆਂ ਨਾਲ, ਇੱਕ ਨੇ ਇੱਕ ਲੱਤ ਬਣਾ ਲਓ, ਇੱਕ ਨਾ ਦੂਜਾ ਪੈਰ ਬਣਾ ਲਓ, ਠੀਕ ਹੈ ਨਾ। ਜੇ ਨਹੀਂ ਬਣਦੇ ਪੋਚੇ ਬਣਾਓ ਫਿਰ, ਨਹੀਂ ਪੋਤਲੇ ਤਾਂ ਬਣੇ ਬਣਾਏ ਨੇ, ਮਜ਼ਾਕ ਬਣਾ ਲਿਆ, ਪਤਾ ਨਹੀਂ ਝੰਡੀਆਂ ਲਾ ਕੇ ਅਸੀਂ ਭਗਵੰਤ ਮਾਨ ਨੂੰ ਰੋਕ ਲਾਂਗੇ। ਮੈਂ ਥੋੜੀ ਤੁਰਿਆ ਜਾ ਰਿਹਾ, ਤੁਰੇ ਤਾਂ ਲੋਕ ਜਾਂਦੇ ਨੇ, ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ, ਦਰਿਆਵਾਂ ਨੂੰ। ਮੋਹਨ ਸਿੰਘ ਜੀ ਫਲੀਆਂ ਵਾਲਾ, ਤੁਹਾਡੇ ਆਪਣੇ ਨੇਤਾ ਨੇ, ਇਹ ਆਏ ਨੇ ਆਪਣਾ ਹਲਕਾ ਛੱਡ ਕੇ। ਮੈਂ ਵੀ ਗਿਆ ਇਹਨਾਂ ਦੇ, ਮਮਦੋਟ ਗਿਆ ਸੀ ਇਹਨਾਂ ਦੇ, ਫਿਰੋਜ਼ਸ਼ਾਹ ਉੱਥੇ ਗਏ ਸੀ ਇਹਨਾਂ ਦਾ। ਮੈਂ 30 ਤਰੀਕ ਨੂੰ ਮੁਦਕੀ ਜਾਊਂਗਾ, ਅਗਲੇ ਦਿਨ ਕੁਲਗੜੀ ਜਾਊਂਗਾ। ਅਸੀਂ ਵੀ ਸਾਰੇ ਇਕੱਠਿਆਂ ਨੇ ਜਿੱਤਣਾ, ਤੁਸੀਂ ਵੀ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਦਿਓ, ਗੁਰੂਗੜ ਸਾਹਿਬ, ਫਿਰੋਜ਼ਪੁਰ ਦਿਹਾਤੀ, ਫਿਰੋਜ਼ਪੁਰ ਸਿਟੀ, ਫਾਜ਼ਿਲਕਾ, ਜਿੱਥੇ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਨੇ, ਉਹਨਾਂ ਨੂੰ ਝਾੜੂ ਫੇਰ ਦਿਓ। ਫਿਰ ਕਿਆ ਝਾੜੂ, ਤਾਂ ਨਵਜੋਤ ਸਿੰਘ ਸਿੱਧੂ ਆ ਗਿਆ ਹੁਣ, ਕਹਿੰਦਾ ਮੈਂ ਬਚਾਊਂਗਾ ਪੰਜਾਬ ਨੂੰ 15 ਦਿਨਾਂ 'ਚ। ਜਦੋਂ ਕਿਸਾਨ ਮਰ ਰਹੇ ਸੀ, ਜਦੋਂ ਲੋਕ ਬੇਰੁਜ਼ਗਾਰਾਂ ਤੇ ਡਾਂਗਾ ਪੈ ਰਹੀਆਂ ਸੀ, ਆਤਮ ਹੱਤਿਆਵਾਂ ਕਰ ਰਹੇ ਸੀ, ਧੀਆਂ ਭੈਣਾਂ ਦੀਆਂ ਚੁੰਨੀਆਂ ਲਾਈਆਂ ਜਾ ਰਹੀਆਂ ਸੀ, ਉਸ ਵੇਲੇ ਸਿੱਧੂ ਕਿੱਥੇ ਸੀ? ਉਸ ਵੇਲੇ ਸਿੱਧੂ ਬੰਬੇ ਵਾਲੇ ਕਮੇਡੀ ਸ਼ੋਅ 'ਚ ਬੈਠਾ, ਡਾਇਲੋਗ ਬੋਲੀ ਜਾਂਦਾ ਸੀ, ਠੋਕੋ ਤਾਲੀ। ਹੁਣ ਆ ਗਿਆ ਪੰਜਾਬ, ਯਾਦ ਆ ਗਿਆ ਉਦੋਂ ਆਉਂਦੇ। ਮੈਂ ਵੀ ਤਾਂ ਕਰੋੜਾਂ ਦਾ ਕੰਮ ਛੱਡੀ ਫਿਰਦਾ, ਤੁਸੀਂ ਨਹੀਂ ਛੱਡਿਆ, ਹੁਣ ਪੰਜਾਬ ਦੀ ਕੁਰਸੀ ਮਿਲਦੀ ਹੋਣੀ ਕੋਈ। ਸੋ ਵੀਰੋ, ਲੈ ਹੁਣ ਉਹ ਕਹਿੰਦੇ ਅੱਗੇ, ਨਵਜੋਤ ਸਿੱਧੂ ਕਹਿੰਦਾ ਵੀ ਮੈਂ ਜਮਾਂਦਰੂ ਕਾਂਗਰਸੀ ਹਾਂ। ਪੱਤਰਕਾਰ ਨੇ ਪੁੱਛਿਆ ਕਾਂਗਰਸ 'ਚ ਕਿਉਂ ਆ ਗਏ,
ਕਹਿੰਦਾ ਮੈਂ ਜਮਾਂਦਰੂ ਕਾਂਗਰਸੀ ਹਾਂ। ਮੈਂ ਕਿਹਾ ਅੱਛਾ, ਫਿਰ ਜੇ ਜਮਾਂਦਰੂ ਕਾਂਗਰਸੀ ਹੈ ਫਿਰ ਦਾਈ ਫੜਾ ਗਈ ਸੀ ਬੀਜੇਪੀ ਨੂੰ, ਤਿੰਨ ਵਾਰੀ ਉਹਨਾਂ ਦਾ ਐਮ ਪੀ ਰਹਿ ਗਈ, ਹੁਣ ਕਹਿੰਦਾ ਮੈਂ ਜਮਾਂਦਰੂ ਹਾਂ। ਇਹ ਦੋਜੀਆਂ ਦੇ ਮੋਟਰਸਾਈਕਲ ਵਰਗੇ ਹੁੰਦੇ ਨੇ, ਉਹਦੇ ਕੋਈ ਸਟੈਂਡ ਨਹੀਂ ਹੁੰਦਾ, ਜਿੱਦਣ ਮਰਜ਼ੀ ਡੇਢਾ ਗੱਜ ਉੱਧਰ ਖੜਾ ਹੋ ਜਾਂਦਾ, ਉਹ ਹਾਲਤ ਹੈ। ਸੋ ਵੀਰੋ, ਪੰਜਾਬ ਨੂੰ ਬਚਾਉਣ ਵਾਲੇ ਅਤੇ ਪੰਜਾਬ ਦੀਆਂ ਆਪਦੀਆਂ ਕੁਰਸੀਆਂ ਬਚਾਉਣ ਵਾਲੇ 'ਚ ਫਰਕ ਕੱਢ ਲਿਓ ਬਸ। ਸਾਰੇ ਪੰਜਾਬ 'ਚ ਮੈਂ ਜਾਊਂਗਾ, ਜਾ ਆਇਆ ਸਵੇਰੇ 7 ਵਜੇ ਵੀ ਰੈਲੀ ਕਰ ਲੈਂਦੇ, ਤਾਂ ਲਾਈਵ ਕਰਦੇ ਨਾਲੇ ਫੇਸਬੁੱਕ 'ਤੇ, ਆਹ ਵੀ ਲਾਈਵ ਚੱਲਦਾ, ਹੁਣ ਆਹ ਲਾਈਵ ਚੱਲਦਾ ਫੇਸਬੁੱਕ 'ਤੇ, ਕਰੋੜਾਂ ਲੋਕ ਦੇਖ ਰਹੇ ਨੇ ਪੂਰੀ ਦੁਨੀਆ 'ਚ। ਇਹਦਾ ਸ਼ੁਕਰ ਕਰੋ ਫੇਸਬੁੱਕ ਦਾ ਮਾਲਕ ਅਮਰੀਕਾ ਰਹਿੰਦਾ, ਪੰਜਾਬ 'ਚ ਰਹਿੰਦਾ ਹੁੰਦਾ, ਭੁੱਖੀ ਦਾ ਪਰਚਾ ਪਾ ਕੇ ਅੰਦਰ ਕੀਤਾ ਹੁੰਦਾ ਇਹਨਾਂ ਨੇ, ਹਾਂ ਉਹਦੀ ਫੇਸਬੁੱਕ 'ਚ ਵੀ ਖੋਲ ਲੈਂਦੇ ਉਹ, ਹਾਂ ਫੇਸਬੁੱਕ ਦਾ ਨਾਂ ਹੁੰਦਾ ਔਰਬਿਟ ਫੇਸਬੁੱਕ, ਨੰਨੀ ਛਾਂ ਟਵਿੱਟਰ, ਚਿੱਟਾ ਵਟਸਐਪ, ਬਾਦਲ ਗੂਗਲ, ਈਮੇਲ ਆਈ ਡੀ ਵੀ ਐਂ ਬਣਦੀ, ਬਾਦਲ 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 ਐਟ ਦਾ ਰੇਟ ਬਾਦਲ ਡੋਟ ਕੋਮ, ਹਰ ਗੱਲ 'ਚ ਬਾਦਲ। ਸੋ ਵੀਰੋ, ਝਾੜੂ ਦਾ ਚੋਣ ਨਿਸ਼ਾਨ ਹੈ, ਤੀਜੇ ਨੰਬਰ ਦਾ ਬਟਨ ਹੈ। ਡਾਕਟਰ ਸਾਹਿਬ ਤੁਹਾਡੇ ਬਟਨ ਦਾ ਨੰਬਰ ਕਿੰਨਾ? ਚੌਥਾ ਉੱਥੇ, ਹਾਂਜੀ ਇਹ ਨਾਮ ਦੇ ਮੁਤਾਬਕ ਹੁੰਦਾ, ਉੱਥੇ ਚੌਕਾ ਲਾਉਣਾ, ਇੱਥੇ 3 ਰਨ ਲੈਣੇ ਨੇ, ਠੀਕ ਹੈ ਨਾ? ਸੋ ਵੀਰੋ, ਮਾਵਾਂ ਭੈਣਾਂ ਇੰਨੀ ਗਿਣਤੀ 'ਚ ਆਈਆਂ ਨੇ, ਇਹ ਅਸਲ 'ਚ ਦੁਖੀ ਨੇ, ਇਹ ਉਮੀਦ ਲੈ ਕੇ ਆਈਆਂ ਨੇ, ਕਿਉਂਕਿ ਚੁੱਲ੍ਹੇ ਤਾਂ ਇਹਨਾਂ ਨੇ ਚਲਾਉਣੇ ਨੇ ਨਾ, ਇਹ ਹੁਣ ਤੁਹਾਡੇ ਕੋਲ ਚਾਲਾਂ ਖੇਡਣਗੇ, ਆਹ ਕਰ ਦਾਂਗੇ ਉਹ ਕਰ ਦਾਂਗੇ, ਕੋਈ ਕਹੇ ਕਾਰਡ ਹੀ ਲੈ ਲਓ ਲੋਕਾਂ ਦੇ, ਜਿਹੜੇ ਭਗਵੰਤ ਮਾਨ ਉਹਨਾਂ ਦੇ ਸਪੋਰਟਰ ਨੇ ਉਹਨਾਂ ਦੇ ਕਾਰਡ ਲੈ ਲਓ, ਤਾਂ ਕਿ ਉਹ ਆਪਾਂ ਨੂੰ ਨਹੀਂ ਪਹੁੰਚ ਤਾਂ ਉਹਨਾਂ ਨੂੰ ਵੀ ਨਾ ਪਾਉਣ, ਇਸ ਤਰ੍ਹਾਂ ਚਾਲਾਂ ਕਰਨਗੇ, ਇਹ ਕੰਮ ਨਾ ਕਰਿਓ, ਇਹ ਕੰਮ ਨਾ ਕਰਿਓ, ਕਿਉਂਕਿ ਫਿਰ ਕਾਰਡ ਸਮਝ ਲਓ ਦੇਣਾ, ਸਾਨੂੰ ਜਵਾਕਾਂ ਦੀ ਕਿਸਮਤ ਫੜਾਤੀ ਉਹਨਾਂ ਨੂੰ। ਅਸੀਂ ਬਹੁਤ ਸਾਰੇ ਪਿੰਡਾਂ 'ਚ ਗਏ ਹਾਂ, ਰੋਜ਼ਾਨਾ ਮੈਨੂੰ ਲੋਕ ਰੋਂਦੇ ਵੀ ਨੇ ਲੋਕ ਮੇਰੇ ਕੋਲ ਕਿ ਬਚਾ ਲਓ ਜੀ, ਮੈਂ ਕਿਹਾ ਜੀ ਲੱਗੇ ਤਾਂ ਹੋਏ ਹਾਂ, ਰੋਜ਼ 10-10, 15-15 ਰੈਲੀਆਂ, ਰਾਤ ਦੇ 10 ਵਜੇ ਲਾਈਵ ਹੁੰਦਾ ਮੈਂ, 10 ਵਜੇ ਤੱਕ ਹੀ ਕਰ ਸਕਦੇ ਹਾਂ, ਫਿਰ ਪੱਤਰਕਾਰਾਂ ਨਾਲ ਇੰਟਰਵਿਊਆਂ ਕਰਨੀਆਂ ਨੇ, ਫਿਰ ਤੜਕੀ ਫਿਰ ਉੱਠ ਖੜ੍ਹਦੇ ਹਾਂ, ਆਹ ਦੇਖੋ ਬਲੈਕ ਸਰਕਲ ਸਹੀਆਂ ਹੋ ਗਏ, ਡਾਕਟਰ ਕਹਿੰਦਾ ਨੀਂਦ, ਮੈਂ ਕਿਹਾ ਇਹ ਤਾਂ ਆਉਂਦੀ ਨਹੀਂ, ਜਿਹੜੀ 2-3 ਘੰਟੇ ਆਉਂਦੀ ਉਹ ਵੀ ਕਾਹਦੀ ਨੀਂਦ, ਸੁਪਨੇ 'ਚ ਮਜੀਠੀ ਨਾਲ ਹੀ ਪੰਗਾ ਪਿਆ ਰਹਿੰਦਾ, ਕਦੇ ਉਹ ਮੇਰੇ ਮਗਰ ਪਿਆ ਹੁੰਦਾ, ਕਦੇ ਮੈਂ ਪਿਆ ਹੁੰਦਾ, ਕਿਉਂਕਿ ਸਿਆਪਾ ਹੋਰ ਆ, ਸੁਪਨੇ 'ਚ ਭੱਜਿਆ ਨਹੀਂ ਜਾਂਦਾ, ਹੈ ਨਾ? ਸੋ ਮਨ ਤੁਸੀਂ ਬਣਾਇਆ ਹੋਇਆ, ਮੈਂ ਤੁਹਾਨੂੰ ਇਹੀ ਕਹੂੰਗਾ, ਕੀ ਕਹਿੰਦੀ ਹੈ ਨੰਨੀ ਛਾਂ, ਸਾਰਾ ਕੁਛ ਤੁਹਾਡੇ ਯਾਦ ਹੈ, ਕੀ ਕਹਿੰਦੀ ਹੈ ਨੰਨੀ ਛਾਂ, ਕਿੱਕਲੀ ਉੱਚੀ, ਕਿੱਕਲੀ ਗੱਪ, ਚਿੱਟਾ ਮੇਰੇ ਬਾਰਡਰ ਤੋਂ ਖੁੱਲਾ ਨਹੀਂ, ਦੱਸੋ ਕਿੰਨਾ ਮੰਗੇ, ਕੋਈ ਨੌਕਰੀ ਡਾਂਗਾ ਨਾ, ਚਿੱਟਾ ਗਲੀ ਸਰਕਾਰ ਨਾ, ਚਿੱਟਾ ਸਾਡਾ, ਮੈਂ ਬਾਦਲਾਂ ਦੀ ਬਹੂ ਵੇ, ਸਾਰਾ ਯਾਦ ਹੈ ਨਾਲੇ। ਸੋ ਦੋਨ ਹੱਥ ਉੱਪਰ ਚੱਕ ਕੇ ਨਾਲ, ਮੈਂ ਹੱਥ ਨਹੀਂ ਚੱਕਦਾ, ਤੁਸੀਂ ਚੱਕ ਲਿਓ, ਦੋਨੇ ਹੱਥ ਉੱਪਰ ਚੱਕ ਕੇ ਨਾਰੇ ਲਾ ਦਿਓ ਦੋ, ਤੇ ਪਤਾ ਲੱਗ ਜੇ ਸੁਖਬੀਰ ਬਾਦਲਾਂ ਨੂੰ, ਮੰਟਿਆਂ ਬੰਟਿਆਂ ਛੰਟਿਆਂ ਨੂੰ, ਕਿ ਆ ਗਈ ਕ੍ਰਾਂਤੀ ਜਲਾਲਾਬਾਦ ਦੇ ਲੋਕ, ਅਣਖੀ ਲੋਕ ਨੇ, ਇਹ ਨਹੀਂ ਵਿਕਣਗੇ, ਇਹ ਹੁਣ 4 ਤਰੀਕ ਨੂੰ ਝਾੜੂ ਵਾਲਾ ਬਟਨ ਦੱਬ ਕੇ ਗੁੱਸਾ ਕੱਢਣਗੇ, ਇਨਕਲਾਬ ਥੋੜਾ ਜਿਹਾ ਹੋਰ ਵਧਾ ਲਓ, ਥੋੜਾ ਜਿਹਾ ਅਜੇ ਪਹੁੰਚੂਗੀ ਜਲਾਲਾਬਾਦ ਤੱਕ ਪਹੁੰਚੂ ਗੱਲ ਆਪਣੀ, ਇਨਕਲਾਬ ਇਨਕਲਾਬ ਸੋਨਾ।